वाहेगुरु जी का खालसा वाहेगुरु जी की फतेह। भाई साहब जी सानू थोड़ा कर्मा बारे दसो। देखो जी कर्म ओ ने जिहड़े साडे नाल तुरदे ने जो सानू जिहड़ा आ साडे स्वासां दे नाल नाल कुछ कर्म जिहड़े ने असीं अखां नाल करदे आ कुछ माड़े कर्म जिहड़े साडे हत्थां दे ने कुछ साडे दिमाग दे ने कर्म जिहड़े ने साडे नाल नाल तुरदे ने ज्यों दा असीं जन्म लिया है साडे पिछले जन्म दे वी कर्म साडे नाल नाल तुरदे ने। पर एक गल इहदे विच ना गुरबाणी विच इक पंक्ती आउंदी है कर्म धर्म पाखंड जो दिसै तिन जम जा गाती लुटै। ਉਹ ਕਿਹਦੇ ਲਈ ਕਹੀ ਗਈ ਹੈ ਕਿ ਇਹ ਕਰਮ ਜਿਹੜੇ ਨੇ ਉਹਦੇ ਲਈ ਜ਼ੀਰੋ ਹੋ ਜਾਂਦੇ ਨੇ ਜਿਹੜਾ ਬੰਦਗੀ ਕਰ ਰਿਹਾ। ਆਪਣੇ ਕਰਮ ਕੱਟਣ ਦੀ ਜਿਹੜੀ ਪਾਵਰ ਹੈ ਉਹ ਸਾਡੇ ਆਪਣੇ ਹੱਥਾਂ ਦੇ ਵਿੱਚ ਹੈ। ਕਰਮ ਕਰਨ ਦੀ ਪਾਵਰ ਸਾਡੇ ਹੱਥਾਂ ਦੇ ਵਿੱਚ ਨਹੀਂ ਹੈ। ਸਾਡਾ ਦਿਮਾਗ ਕੋਈ ਪੈਸੇ ਗਿਣ ਰਿਹਾ ਸਾਡੇ ਦਿਮਾਗ ਦੇ ਹਲਕਾ ਜਿਹਾ ਵੀ ਆ ਗਿਆ ਨਾ ਕਿ ਹਾਂ ਇੰਨੇ ਪੈਸੇ ਮੇਰੇ ਕੋਲ ਵੀ ਹੁੰਦੇ ਜਾਂ ਕੁਛ ਵੀ ਮਾੜਾ ਖਿਆਲ ਉਹਦੇ ਨਾਲ ਸਾਡਾ ਕਰਮ ਲਿਖਿਆ ਗਿਆ। ਕੋਈ ਚੀਜ਼ ਖਾ ਰਿਹਾ ਸਾਡੇ ਮਨ ਦੇ ਵਿੱਚ ਲਲਚਾ ਆ ਗਿਆ ਉਹ ਸਾਡਾ ਕਰਮ ਲਿਖਿਆ ਗਿਆ। ਇਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਡੇ ਕਰਮ ਬਣਦੇ ਨੇ ਅਤੇ ਵੱਡੀਆਂ ਗੱਲਾਂ ਨੂੰ ਤਾਂ ਅਸੀਂ ਛੱਡ ਹੀ ਦਈਏ, ਠੀਕ ਹੈ ਨਾ। ਅਤੇ ਕਰਮ ਜਦੋਂ ਹੌਲੀ 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 ਸਾਡੇ ਨਾਲ ਨਾਲ ਤੁਰਦੇ ਨੇ ਉਹਦਾ ਕਰਮਾਂ ਦਾ ਸਾਨੂੰ ਫਲ ਵੀ ਭੋਗਣਾ ਪੈਂਦਾ। ਕੋਈ ਬੰਦਾ ਉਹ ਚੰਗਾ ਭੁਲਾ ਹੁੰਦਾ ਅਤੇ ਉਹ ਆਪਣਾ ਦੋਸ਼ ਦੇਈ ਜਾਂਦਾ ਪਰਮੇਸ਼ੁਰ ਨੂੰ, ਰੱਬਾ ਮੈਨੂੰ ਦਿੱਤਾ ਕੀ, ਮੈਨੂੰ ਦਿੱਤਾ ਕੀ, ਮੇਰਾ ਇੱਦਾਂ ਮੈਂ ਉੱਦਾਂ। ਉਹ ਤਾਂ ਬੜੀਆਂ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ। ਦੂਜੇ ਪਾਸੇ ਕਈਆਂ ਦੇ ਵੇਖਦੇ ਹਾਂ ਅਸੀਂ ਕਿਸੇ ਦੀ ਜਿਹੜੇ ਪੈਰ ਮੁੜੇ ਹੋਏ ਹੁੰਦੇ ਨੇ, ਕਿਸੇ ਦੀਆਂ ਬਾਹਾਂ ਨਹੀਂ ਹੁੰਦੀਆਂ, ਕਿਸੇ ਦੇ ਹੱਥ ਟੁੱਟੇ ਹੋਏ ਨੇ ਜਾਂ ਕਿਸੇ ਦਾ ਆਪਣਾ ਲੱਤ ਨਹੀਂ ਹੁੰਦੀ ਜਾਂ ਕੋਈ ਵੀ ਆਪਾਂ ਹਜੇ ਕਿਸੇ ਤਰੀਕੇ ਦਾ ਵੀ ਕਈ ਮੈਂਟਲੀ ਅਪਸੈਟ ਨੇ, ਉਹ ਸਾਰਾ ਦਾ ਸਾਰਾ ਕਰਮਾਂ ਦਾ ਲੇਖਾ ਤੁਰਿਆ ਹੁੰਦਾ। ਹੁਣ ਜੇ ਗੱਲ ਕਰੀਏ ਆਪਾਂ ਜਿਹੜੀਆਂ ਬੀਬੀਆਂ, ਕਈ ਆਪਾਂ ਸੁਣਨ 'ਚ ਆਉਂਦਾ ਨਾ ਵੀ ਜਿਹੜੀਆਂ ਬੀਬੀਆਂ ਜਾਦੂ ਟੂਣੇ ਕਰਕੇ ਅਤੇ ਆਪਣੇ ਆਪਣਾ ਬੱਚੇ ਦੀ ਪ੍ਰਾਪਤੀ ਲਈ ਜਾਦੂ ਟੂਣੇ ਕਰਕੇ ਅਤੇ ਕਿਸੇ ਦਾ ਬੱਚਾ ਮਰਵਾ ਦਿੰਦੀਆਂ ਨੇ, ਇਹ ਵੀ ਚੀਜ਼ ਬੜੀ ਵੇਖਣ ਨੂੰ ਮਿਲਦੀ ਹੈ ਅੱਜ ਕੱਲ੍ਹ। ਹੁਣ ਉਹਨਾਂ ਦਾ ਜਨਮ ਜਿਹੜਾ ਉਹ ਸੱਪਣੀ ਦਾ, ਵੀ ਪਰਮੇਸ਼ੁਰ ਵੱਲੋਂ ਉਹਨੂੰ ਕਰਮਾਂ ਦੇ ਵਿੱਚ ਉਹਨੂੰ ਸੱਪਣੀ ਦਾ ਜਨਮ ਮਿਲਦਾ ਆ ਵੀ ਹੁਣ ਖਾਈ ਜਾ ਆਪਣੇ ਬੱਚੇ, ਉਹ ਆਪਣੇ ਬੱਚੇ ਆਪ ਖਾਂਦੀ ਹੈ। ਮਤਲਬ ਇਸੇ ਤਰ੍ਹਾਂ ਕਰਮਾਂ ਦਾ ਲੇਖਾ ਜਿਹੜਾ ਉਹ ਹਰ ਇੱਕ ਕਰਮ ਦਾ ਸਾਡਾ ਲੇਖਾ ਹੁੰਦਾ ਆ। ਪਰ ਜਦੋਂ 84 ਲੱਖ ਜੂਨਾਂ ਭੁਗਣ ਤੋਂ ਬਾਅਦ ਬੰਦਾ ਇਨਸਾਨੀ ਜੂਨ ਦੇ ਵਿੱਚ ਵਾਪਸ ਆਉਂਦਾ, ਉਸ ਵਕਤ ਉਹਦੇ ਕੋਲ ਇੱਕ ਓਪਰਚੁਨਿਟੀ ਹੁੰਦੀ ਹੈ ਕਿ ਅਗਰ ਉਹ ਪਰਮੇਸ਼ੁਰ ਦੇ ਚਰਨਾਂ ਨਾਲ ਜੁੜ ਕੇ ਬੰਦਗੀ ਕਰਕੇ ਅੰਮ੍ਰਿਤ ਵੇਲਾ ਸੰਭਾਲ ਕੇ ਨਾਮ ਸਿਮਰਨ ਵਿੱਚ ਚੌਂਕੜਾ ਲਾ ਕੇ ਉਹ ਆਪਣੇ ਕਰਮਾਂ ਨੂੰ ਕੱਟ ਸਕਦਾ। ਸੰਗਤ ਜੀ ਇਹ ਚੀਜ਼ ਬੜੀ ਧਿਆਨ ਰੱਖਣ ਵਾਲੀ ਹੈ, ਜੇ ਤੁਸੀਂ ਆਪਣੇ ਮਾੜੇ ਕਰਮਾਂ ਦੇ ਉੱਤੇ ਪੋਚਾ ਫੇਰਨਾ ਚਾਹੁੰਦੇ ਹੋ, ਆਪਾਂ ਲਫ਼ਜ਼ ਵਰਤ ਲਈਏ ਪੋਚਾ ਫੇਰਨਾ, ਵੀ ਕੱਟਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਮ੍ਰਿਤ ਵੇਲਾ ਵੀ ਕਰਨਾ ਪਏਗਾ। ਉਸ ਦੇ ਨਾਲ ਨਾਲ ਜਿਹੜਾ ਆ ਤੁਹਾਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰਿਆ ਕਰੋ, ਸੇਵਾ ਕਰਦੇ ਦੇ ਦੌਰਾਨ ਸਿਮਰਨ ਕਰਿਆ ਕਰੋ, ਇਹ ਚੀਜ਼ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਵੀ ਸੇਵਾ ਕਰ ਰਹੇ ਹੋ ਨਾਲ ਸਿਮਰਨ ਕਰੋ, ਕਿਉਂਕਿ ਤੁਹਾਡੇ ਅੱਗੋਂ ਕਰਮ ਨਾ ਬਣਨ, ਪਿਛਲੇ ਕਰਮ ਜਿਹੜੇ ਮਾਂਜੇ ਜਾਣ। ਅਤੇ ਸਾਡਾ ਹਾਲਾਤ ਕੀ ਨੇ ਕਿ ਅਸੀਂ ਸੇਵਾ ਕਰ ਰਹੇ ਹੁੰਦੇ ਹਾਂ, ਉੱਧਰ ਅਸੀਂ ਗੱਲਾਂ ਕਰ ਰਹੇ ਹੁੰਦੇ ਹਾਂ, ਉਹ ਇੱਕ ਪਾਪ ਸਾਡਾ ਲੱਥਦਾ ਹੈ ਅਤੇ ਚਾਰ ਅਸੀਂ ਚੜ੍ਹਾ ਕੇ ਨਾਲ ਲੈ ਆਉਂਦੇ ਹਾਂ। ਮਤਲਬ ਸਾਡਾ ਤਾਂ ਉਹ ਹਾਲਾਤ ਨੇ। ਅਗਰ ਤੁਸੀਂ ਕਰਮਾਂ ਤੋਂ ਚਾਹੁੰਦੇ ਹੋ ਨਾ ਕਿ ਤੁਹਾਡੀ ਬੰਦ ਖਲਾਸੀ ਹੋ ਜਾਵੇ, ਵੀ ਕਰਮ ਸਾਡੇ ਨਾਲ ਨਾ ਤੁਰਨ, ਵੀ ਸਾਡਾ ਇੱਥੇ ਜਿਹੜਾ ਫੁੱਲ ਸਟੋਪ ਲੱਗ ਜਾਵੇ, ਅਤੇ ਉਹਦੇ ਲਈ ਸਾਨੂੰ ਬੰਦਗੀ ਜਿਹੜੀ ਉਹ ਕਰਨੀ ਪਏਗੀ। ਇੱਕ ਚੀਜ਼ ਹੋਰ ਵੀ ਦੇਖਣ ਨੂੰ ਮਿਲਦੀ ਹੈ ਇਹਦੇ ਵਿੱਚ, ਬਹੁਤ ਜ਼ਰੂਰੀ ਹੈ ਸੰਗਤ ਜੀ, ਇਹ ਚੀਜ਼ ਬਹੁਤ ਜ਼ਰੂਰੀ ਹੈ ਤੇਰੀ ਤੁਹਾਡੇ ਨਾਲ ਹੁਣ ਗੱਲ ਕਰਨ ਲੱਗੇ ਹਾਂ। ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਮੇਰੇ ਕਰਮਾਂ ਦੇ ਵਿੱਚ ਹੀ ਇਹ ਕੁਛ ਲਿਖਿਆ ਹੈ ਕਿ ਜੇਕਰ ਮੈਨੂੰ ਇੰਨੇ ਜਿਹੜੇ ਆ ਮੈਨੂੰ ਜਿਹੜੇ ਕਸ਼ਟ ਭੋਗਣੇ ਪੈ ਰਹੇ ਨੇ। ਇਹਦੇ ਵਿੱਚ ਵੀ ਬੜਾ ਵੱਡਾ ਲੌਜਿਕ ਹੈ। ਇੱਕ ਬੰਦਾ ਬੰਦਗੀ ਕਰ ਰਿਹਾ, ਕਸ਼ਟ ਜ਼ਿਆਦਾ ਭੋਗ ਰਿਹਾ, ਇੱਕ ਬੰਦਾ ਬੰਦਗੀ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਅੰਮ੍ਰਿਤ ਵੇਲਾ ਨਹੀਂ ਸੰਭਾਲ ਰਿਹਾ, ਸ਼ਰਾਬਾਂ ਪੀ ਰਿਹਾ, ਨਸ਼ੇ ਨਾਲ ਜੁੜਿਆ ਹੋਇਆ, ਉਹ ਰੋਮਾਂ ਦੀ ਵੀ ਬੇਅਦਬੀ ਕਰ ਰਿਹਾ ਪਤਿਤ, ਅਤੇ ਉਹ ਐਸ਼ ਕਰ ਰਿਹਾ। ਹੁਣ ਪਰਮੇਸ਼ੁਰ ਦੀ ਕੀ ਲੀਲਾ, ਗੁਰੂ ਨਾਨਕ ਸਾਹਿਬ ਦੀ ਕੀ ਲੀਲਾ ਕਿ ਜਿਹੜਾ ਤੁਸੀਂ ਜਿਹੜਾ ਬੰਦਾ ਬੰਦਗੀ ਕਰ ਰਿਹਾ, ਮਾਲਕ ਕਹਿੰਦੇ ਵੀ ਤੇਰਾ ਕਰਮਾਂ ਦਾ ਲੇਖਾ ਇੱਥੇ ਹੀ ਪਾੜ ਦੇਣਾ, ਇਸੇ ਜਨਮ ਦੇ ਵਿੱਚ ਹੀ ਪਾੜ ਦੇਣਾ। ਉਹ ਫਿਰ ਅੱਗੋਂ ਜਿਹੜਾ ਉਹਦਾ ਆਵਾਗਮਨ ਜਿਹੜਾ ਖਤਮ ਕਰ ਰਹੇ ਹੁੰਦੇ ਮਾਲਕ। ਹੁਣ ਉਹ ਚੀਜ਼ ਸਾਨੂੰ ਤਾਂ ਨਹੀਂ ਨਾ ਸਮਝ ਆਏਗੀ, ਉਹ ਤਾਂ ਗੁਰੂ ਨਾਨਕ ਸਾਹਿਬ ਜਾਣਦੇ ਨੇ, ਅਤੇ ਪਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਦੋਸ਼ ਦੇ ਰਹੇ ਹੁੰਦੇ ਹਾਂ, ਉਹ ਦੋਸ਼ ਦੇਣ ਕਰਕੇ ਵੀ ਅਸੀਂ ਕਰਮ ਬਣਾ ਰਹੇ ਹੁੰਦੇ ਹਾਂ। ਜੇ ਅਸੀਂ ਭਾਣੇ ਵਿੱਚ ਰਜਾ ਵਿੱਚ ਰਹਿ ਕੇ ਅਸੀਂ ਆਹ ਚੀਜ਼ ਸੋਚਾਂਗੇ ਨਾ ਕਿ ਹਾਂ ਠੀਕ ਹੈ ਬਈ ਇੱਥੇ ਮਹਾਰਾਜ ਦੀ ਰਜ਼ਾ ਆ, ਮਹਾਰਾਜ ਦੀ ਬਖਸ਼ਿਸ਼ ਹੈ ਕਿ ਮਹਾਰਾਜ ਨੇ ਸਾਨੂੰ ਇੰਨੇ ਯੋਗਾ ਕੀਤਾ, ਵੀ ਹਾਂ ਕੋਈ ਗੱਲ ਨਹੀਂ, ਇਹ ਵੀ ਮਹਾਰਾਜ ਕੱਟ ਦੇਣਗੇ, ਕਸ਼ਟ ਕੱਟ ਦੇਣਗੇ, ਵੀ ਅਸੀਂ ਕਿਤੇ ਨਾ ਕਿਤੇ ਥੈਂਕਫੁੱਲ ਹੋਈਏ
ਕਿਤੇ ਨਾ ਕਿਤੇ ਅਸੀਂ ਭਾਣੇ ਦੇ ਵਿੱਚ ਰਹਿ ਕੇ ਉਸ ਚੀਜ਼ ਨੂੰ ਮੰਨਣਾ ਸ਼ੁਰੂ ਕਰ ਦਈਏ ਅਤੇ ਆਟੋਮੈਟਿਕਲੀ ਜਿਹੜਾ ਆ ਸਾਡੇ ਕਰਮ ਵੀ ਕੱਟੇ ਜਾਣਗੇ ਅਤੇ ਮਹਾਰਾਜ ਦੇ ਘਰ ਆਪਣਾ ਜਿਹੜਾ ਆਪਣਾ ਨਿੱਜ ਘਰ ਆਪਾਂ ਕਹਿ ਲਈਏ ਵੀ ਨਿੱਜ ਘਰ ਦੇ ਵਿੱਚ ਸਾਡੇ ਜਿਹੜੀ ਵਾਪਸੀ ਪੋਸੀਬਲ ਹੈਗੀ ਹੈ। ਕਰਮ ਤਾਂ ਦੇਖੋ ਕੱਟਣ ਦਾ ਇਹੋ ਇੱਕ ਤਰੀਕਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।